अमृतसर विच एक बार फिर गुंडागर्दी का नंगा नाच वेखन नूं मिलिया है, जिथे दे मोहकमपुरा थाने अधीन पेंदे इलाके विच बीती रात 7-8 अनपछाते नौजवानों वल्लों जगदीप सिंह नामक व्यक्ति दे घर दे बाहर आके उसनूं घर तों बाहर बुला के पहला तां उस नाल कुटमार की गई अते फिर हवा विच फायर करदे होए उत्थों फरार हो गए। जगदीप कुमार ने दस्सिया कि उसके बेटे की छोटी जिही गल तों किसे नाल कहा सुनी हुई सी, जिसकी रंजिश कढ़न लई आरोपियों ने यह हमला किया है। ਹੋਇਆ ਜੀ ਇੱਥੇ ਮਿਸੀ ਦੁਕਾਨ ਦੇ ਉੱਤੇ ਬੈਠੇ ਹੋਏ ਸੀ, 7-8 ਜਣੇ ਮੁੰਡੇ ਆਏ ਆ ਅਤੇ ਉਹਨਾਂ ਨੇ ਇੱਥੇ ਜੋ ਮੋਟਰਸਾਈਕਲ ਖਿਲਾ ਰਹੇ ਆ ਅਤੇ ਮੇਰੀ ਮਿਸੀ ਨੇ ਮੈਨੂੰ ਅੰਦਰੋਂ ਆਵਾਜ਼ ਮਾਰੀ ਆ ਕਿ ਪਤਾ ਨਹੀਂ ਅਣਪਛਾਤੇ ਮੁੰਡੇ ਕਿਹੜੇ ਆਏ। ਮੈਂ ਅੰਦਰੋਂ ਭੱਜ ਕੇ ਬਾਹਰ ਆਇਆ ਅਤੇ ਉਹਨਾਂ ਜਦੋਂ ਮੋਟਰਸਾਈਕਲ ਲਾ ਕੇ ਉਹਨਾਂ ਨੇ ਮੈਨੂੰ ਫੜ ਕੇ ਅੰਦਰੋਂ ਬਾਹਰ ਤੋਂ ਲਿਆ। ਮੈਨੂੰ ਕਹਿੰਦੇ ਤੂੰ ਜੋ ਬੰਦਾ ਪਿਓ ਆ, ਮੈਂ ਕਿਹਾ ਆਹੋ ਮੈਂ ਜੋ ਬੰਦਾ ਡੈਡੀ ਹਾਂ ਅਤੇ ਬਸ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ। ਮੁੜ ਕੇ ਉਹਨਾਂ ਮੇਰੇ ਦੁਕਾਨ 'ਤੇ ਰਿਵਾਲਵਰ ਰੱਖੇ ਆ ਅਤੇ ਮੈਨੂੰ ਕਹਿੰਦਾ ਤੈਨੂੰ ਗੋਲੀ ਮਾਰ ਦੇਣੀ ਆ ਅਤੇ ਮੁੜ ਕੇ ਵਾਈ ਫਾਇਰ ਉਹਨਾਂ ਨੇ ਕੀਤੇ ਆ 7-8 ਘੱਟੋ ਘੱਟ ਅਤੇ ਤੋੜ ਭੰਨ ਜਿੰਨੀ ਰੱਜ ਕੇ ਦੁਕਾਨ ਦੀ ਕਰ ਗਏ ਆ। ਗੱਲੇ ਜੋ ਪੈਸੇ ਵੀ 5-7 ਹਜ਼ਾਰ ਰੁਪਇਆ ਕੱਢ ਕੇ ਲੈ ਗਏ। ਪੁਰਾਣੀ ਦੁਸ਼ਮਣੀ ਤੁਹਾਡੀ? ਕੋਈ ਪੁਰਾਣੀ ਦੁਸ਼ਮਣੀ ਨਹੀਂ, ਉੱਦਾਂ ਇੱਥੇ ਮੁੰਡੇ ਖਲੋਤੇ ਸੀ ਮੋੜ ਦੇ ਉੱਤੇ, ਇਹ ਸਕੂਟਰ 'ਤੇ ਦੋ ਜਣੇ ਆਏ ਸੀ, ਇੱਕ ਇਹ ਸੀਗਾ ਮੁੰਡਾ ਜਹਾਜ਼, ਇੱਕ ਇਹਦੇ ਨਾਲ ਮੋਨੂ ਸੀ ਮੁੰਡਾ 3-wheeler ਵਾਲੇ ਦਾ। ਉਹਨਾਂ ਨੇ ਵਿੱਚ ਇੱਕ ਤਾਂ ਮੁੰਡੇ ਦੇ ਸਕੂਟਰ ਮਾਰਿਆ ਵਾ ਅਤੇ ਜਦੋਂ ਸਕੂਟਰ ਮਾਰਿਆ ਤਾਂ ਸਕੂਟਰ ਤੋਂ ਇਹਨਾਂ ਤੂੰ ਮੈਂ ਹੋਈ ਆ। ਉੱਦਣ ਵੀ ਜਹਾਜ਼ ਨੇ ਪਿਸਟਲ ਕੱਢ ਕੇ ਜੋ ਬੰਦੇ ਕੰਨ 'ਤੇ ਰੱਖੀ ਉਹ ਗੋਲੀ ਮਾਰ ਲਗਾਏ ਅਤੇ ਮੁੰਡਾ ਸਾਡਾ ਉੱਥੋਂ ਭੱਜ ਗਿਆ ਅਤੇ ਅੱਜ ਫਿਰ ਉਹ ਉੱਦਣ ਦੀ ਰੰਜਿਸ਼ ਫਿਰ ਅੱਜ ਲੈ ਕੇ ਆਏ ਆ। ਕਾਰਨ ਕੀ ਗੋਲੀ ਚਲਾਉਣ ਦਾ ਕਾਰਨ ਕੀ? ਪਤਾ ਨਹੀਂ ਜੀ, ਉਹਨਾਂ ਦੀ ਕੋਈ ਜਿਹੜੀ ਮਾੜੀ ਜਿਹੀ ਤੂੰ ਮੈਂ ਉਹ ਤੋਂ ਗੋਲੀ ਚਲਾ ਕੇ ਆਣ ਕੇ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਰੋਪੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰਵਾਈ ਹੀ ਜਦੋਂ ਹੁਣ ਪਤਾ ਲੱਗਿਆ ਮੌਕੇ ਤੇ ਆ ਗਏ, SHO ਸਾਹਿਬ ਵੀ ਆਏ ਮੌਕੇ ਤੇ ਤੇ ਸਾਰੇ CCTV ਵਗੈਰਾ ਕੈਮਰੇ ਚੈੱਕ ਕਰਨ ਡੇ ਆ ਤੇ ਜੋ ਵੀ ਬਣਦੀ ਕਾਰਵਾਈ ਇਹ ਕਰ ਰਹੇ ਆ, ਜਲਦੀ ਤੋਂ ਜਲਦੀ ਜਿਹੜੇ ਫੜ ਲੱਗੇ ਤੇ ਕਾਰਵਾਈ ਕਰਾਂਗੇ। ਸਰ ਘਰ ਵਾਲੇ ਨੇ ਕਹਿਣਾ ਜੀ ਹਵਾ ਫਾਇਰ ਬੜੇ ਕੀਤੇ ਜੀ ਉਹਨਾਂ ਨੇ, ਉਹ ਜਾਏ ਵੈਰੀਫਾਈ ਕਰਨ ਡੇ ਡੇ ਕੋਈ ਜਾਨੀ ਸਾਹਮਣੇ ਆਇਆ ਹੋਵੇ ਸਰ? ਨਹੀਂ, ਬਚਾਅ ਹੋ ਗਿਆ ਜੀ। ਸਰ ਘਰ ਵਾਲੇ ਨੇ ਕਹਿਣਾ ਜੀ 2 ਦਿਨ ਪਹਿਲਾਂ ਵੀ ਲੜਾਈ ਹੋਈ ਸੀ ਤੇ ਪੁਲਿਸ ਨੇ ਕਾਰਵਾਈ ਨਹੀਂ ਕਾਰਵਾਈ ਤਾਂ ਕੀਤੀ ਹੋਵੇ ਤੇ ਬਾਰੇ ਐਸ। ਅੰਮ੍ਰਿਤਸਰ ਤੋਂ ਸਨੀ ਸੋਹਤਾ ਦੀ ਰਿਪੋਰਟ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਇੱਧਰ ਉੱਧਰ ਨਾ ਘੁੰਮੋ, ਬਸ ਸੰਪਰਕ ਕਰੋ ਪੰਡਿਤ ਅਮਿਤ ਸ਼ਰਮਾ ਜੀ ਨਾਲ। ਸਮੱਸਿਆ ਭਾਵੇਂ ਕੋਈ ਵੀ ਹੋਵੇ, ਜਿਵੇਂ ਲਵ ਮੈਰਿਜ ਲਈ ਮਾਂ ਬਾਪ ਨੂੰ ਮਨਾਉਣਾ, ਪਿਆਰ ਵਿੱਚ ਧੋਖਾ, ਸੌਂਤਣ ਜਾਂ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਕਰਜ਼ਾ ਮੁਕਤੀ ਜਾਂ ਵਿਦੇਸ਼ ਯਾਤਰਾ, ਤਾਂ ਅੱਜ ਹੀ ਆਓ ਮਾਂ ਅੰਬਿਕਾ ਜੋਤਿਸ਼ ਕੇਂਦਰ ਫਗਵਾੜਾ। ਫੋਨ ਨੰਬਰ 72988 78600।